ਜ਼ਿਆਦਾਤਰ ਕੈਨੇਡੀਅਨਾਂ ਨੇ ਮੰਨੀ ਤੇਜ਼ ਰਫ਼ਤਾਰੀ ਨਾਲ ਗੱਡੀ ਚਲਾਉਣ ਦੀ ਗੱਲ। ਤੇਜ਼ ਰਫ਼ਤਾਰ ਡਰਾਈਵਰਾਂ ਦੇ ਕੁਝ ਦਿਲਚਸਪ ਅੰਕੜੇ ਆਏ ਸਾਹਮਣੇ। ਸਰੀ ਤੇ ਲੋਅਰ ਮਿਡਲੈਂਡ ਦੇ ਵਿੱਚ ਹਮਲਾ ਕਰਨ ਦੇ ਦੋਸ਼ਾਂ ਦੇ ਨਾਲ ਕਿਵੇਂ ਨਿਬੜਦੀ ਹੈ ਸਰੀ ਪੁਲਿਸ? ਸਰੀ ਪੁਲਿਸ ਨੇ ਦੱਸੀ ਵਿਟਨੈਸ ਦੀ ਛੋਟੀ ਜਿਹੀ ਗਵਾਹੀ, ਕਿਵੇਂ ਬਣ ਸਕਦੀ ਹੈ ਵੱਡਾ ਐਵੀਡੈਂਸ। BC ਚ ਮੰਗਲਵਾਰ ਦੇ ਹਨੇਰੀ ਤੂਫਾਨ ਨੇ 2 ਲੱਖ ਤੋਂ ਵੱਧ ਲੋਕਾਂ ਦੀ ਬਿਜਲੀ ਕੀਤੀ ਗੁੱਲ। ਓਨਟੈਰੀਓ ਦੇ ਵਿੱਚ ਬਰਫ਼ਬਾਰੀ ਹੋਣ ਦੇ ਆਸਾਰ। ਸਤਿ ਸ੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਸਰੀ RCMP ਡਰੱਗ ਯੂਨਿਟ ਦੁਆਰਾ ਸਾਲ ਭਰ ਦੀ ਜਾਂਚ ਤੋਂ ਬਾਅਦ ਸਭ ਤੋਂ ਵੱਡੇ ਡਰੱਗ ਜ਼ਬਤੀਆਂ ਦੇ ਵਿੱਚੋਂ ਇੱਕ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਔਰ ਜੂਨ ਦੇ ਵਿੱਚ 2023 ਦੇ ਵਿੱਚ ਸਰੀ RCMP ਡਰੱਗ ਯੂਨਿਟ ਨੇ ਲੋਅਰ ਮਿਡਲੈਂਡ ਦੇ ਵਿੱਚ ਉੱਚ ਤਾਕਤ ਵਾਲੀਆਂ ਦਵਾਈਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਵਿੱਚ ਕਥਿਤ ਤੌਰ 'ਤੇ ਸ਼ਾਮਿਲ ਹੋਣ ਦੀ ਇੱਕ ਅਪਰਾਧਕ ਸਮੂਹ ਦੀ ਜਾਂਚ ਵੀ ਕੀਤੀ। ਸਰੀ RCMP ਡਰੱਗ ਯੂਨਿਟ ਨੇ ਸਰੀ, ਕੋਕੇਟਲਮ, ਨਿਊ ਵੈਸਟਮਿਸਟਰ, ਵੈਨਕੂਵਰ ਤੇ ਰਿਚਮੰਡ ਦੇ ਵਿੱਚ ਜਿਹੜੇ ਆ ਸਰਚ ਵਾਰੰਟ ਜਾਰੀ ਕੀਤੇ। ਵੱਡੀ ਮਾਤਰਾ ਦੇ ਵਿੱਚ ਕੋਕੀਨ, MDMA, ਮੈਥਾਫੈਰਾਮਾਈਨ, ਫੈਂਟਨਿਲ, ਹੋਰ ਕੁਝ ਪਰਚੀਆਂ ਤੇ ਨਕਲੀ ਦਵਾਈਆਂ, ਹਥਿਆਰ, ਨਕਦੀ ਤੇ ਵਾਹਨ ਜ਼ਬਤ ਕੀਤੇ। ਆਓ ਦੇਖਦੇ ਆ RCMP ਵੱਲੋਂ ਹੋਰ ਦਿੱਤੀ ਗਈ ਜਾਣਕਾਰੀ। As you can see before you, this is a significant seizure of drugs in our community. Directly in front of me are firearms that are connected to the illegal drug trade. I want to thank the members of the Surrey RCMP drug unit for some tenacious enforcement and investigation through the complexity of our legal framework in which we operate. This is excellent work. I also want to speak directly to the community. We speak a lot about treatment for drug addiction, and treatment for drug addiction is extremely important. And we also, beside enforcement, we need to look at the demand for drugs in our community and lessening that. As much as we talk about treatment, we also need to talk about prevention, preventing our children, our families, our brothers, our sisters, from going down the road of using these drugs. We need to focus on prevention, not just on treatment, so that we can reduce the demand and the what inevitably follows with this. And you're only seeing a bit of it here, and we all know that it's in our communities. So again, I want to thank the members of our drug unit for excellent investigation that has occurred over the last year. And again, working through the complexities of our judicial system, which do not make it easy. But also speak directly to the residents of Surrey in working with our families in reducing the demand of these drugs and focusing a lot on prevention, and that is activities for our kids, that's sports, that's hobbies, and that's just good parenting.
ਲਗਾਤਾਰ ਸਰੀ ਦੇ ਵਿੱਚ ਅਸੌਲਟ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਜਦੋਂ ਕੋਈ ਅਸੌਲਟ ਯਾਨੀ ਕਿਸੇ ਤੇ ਹਮਲਾ ਹੁੰਦਾ ਹੈ ਤਾਂ ਪੁਲਿਸ ਉਸ ਨਾਲ ਕਿਵੇਂ ਨਿਪਟਦੀ ਹੈ, ਪੁਲਿਸ ਦਾ ਸਾਰਾ ਪ੍ਰੋਸੈਸ ਕੀ ਹੁੰਦਾ ਹੈ, ਖਾਸ ਕਰਕੇ ਅਸੌਲਟ ਕਰਨ ਵਾਲੇ ਦੇ ਲਈ ਕਿਸ ਤਰ੍ਹਾਂ ਦੀ ਸਜ਼ਾ ਹੁੰਦੀ ਹੈ, ਆਓ ਜਾਣਦੇ ਹਾਂ ਇਸ ਸੰਬੰਧੀ ਸਰੀ ਪੁਲਿਸ ਦੇ ਵੱਲੋਂ ਜੈ ਖੋਸਾ ਨਾਲ ਕੀਤੀ ਇੰਟਰਵਿਊ ਦੇ ਵਿੱਚ। ਅਸੌਲਟ ਦੇ ਮਾਮਲਿਆਂ ਦੇ ਨਾਲ ਨਿਪਟਣ ਦੇ ਲਈ ਸਾਡੇ ਨਾਲ ਸਰੀ ਪੁਲਿਸ ਤੋਂ ਜੈਕ ਖੋਸਾ ਜੀ ਮੌਜੂਦ ਨੇ। ਜੈਕ ਜੀ, ਤੁਹਾਡੇ ਤੋਂ ਸਿੰਪਲ ਟਰਮ ਦੇ ਵਿੱਚ ਜਾਣਨਾ ਚਾਹਾਂਗੇ ਕਿ ਅਸੌਲਟ ਕੇਸ ਜਿਹੜੇ ਨੇ ਉਹ ਹੁੰਦੇ ਕੀ ਨੇ ਅਤੇ ਪੁਲਿਸ ਦਾ ਇਹਦੇ ਵਿੱਚ ਖਾਸ ਰੋਲ ਕੀ ਹੁੰਦਾ ਹੈ? ਦੇਖੋ, ਅਸੌਲਟ ਕਿਸੇ ਕਿਸਮ ਦਾ ਹਮਲਾ ਜਿਹਨੂੰ ਕਹਿ ਦਿੰਦੇ ਕਿ ਸਿੰਪਲ ਅਸੌਲਟ ਹੋ ਗਿਆ, ਜਿਵੇਂ ਕਿਸੇ ਨੇ ਕਿਸੇ ਨੂੰ ਧੱਕਾ ਮਾਰਿਆ ਜਾਂ ਕਿਸੇ ਨੂੰ ਮਾਰਿਆ ਜਾਂ ਪੁਸ਼ ਕੀਤਾ ਜਾਂ ਉਹਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਸਿੰਪਲ ਅਸੌਲਟ ਕਿਹਾ ਜਾਂਦਾ, ਜਿਹਦੇ 'ਚ ਕੋਈ ਖਾਸ ਇੰਜਰੀਜ਼ ਨਾ ਹੋਣ ਪਰ ਫਿਜ਼ੀਕਲ ਫੋਰਸ ਯੂਜ਼ ਹੋਈ ਹੋਵੇ। ਔਰ ਕਈ ਕੇਸਿਸ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਫਿਜ਼ੀਕਲ ਫੋਰਸ ਨਾ ਵੀ ਯੂਜ਼ ਕੀਤੀ ਹੋਵੇ, ਸਟੈਂਸ ਥੋੜ੍ਹਾ ਇਹੋ ਜਿਹਾ ਹੋਵੇ ਕਿ ਐਗਰੈਸਿਵ ਹੋਵੇ ਅਤੇ ਦੂਜੀ ਪਾਰਟੀ ਨੂੰ ਲੱਗੇ ਕਿ ਤੁਸੀਂ ਉਦੋਂ ਹਮਲਾ ਕਰਨ ਵਾਲੇ ਹੋ, ਉਹਨੂੰ ਵੀ ਅਸੌਲਟ ਕੰਸਟੀਟਿਊਟ ਕਹਿ ਦਿੰਦੇ। ਅੱਛਾ, ਅਸੌਲਟ ਅਸੀਂ ਦੇਖੇ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਵੱਧ ਵੀ ਰਹੇ ਨੇ, ਜਿਹਦੇ ਵਿੱਚ ਜਿਹੜੀ ਆਮ ਲੋਕ ਨੇ ਉਹਨਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਅਸੌਲਟ ਦੀ ਅਸੀਂ ਰਿਪੋਰਟ ਕਰਨੀ ਹੈ ਜਾਂ ਨਹੀਂ ਕਰਨੀ ਹੈ, ਸੋ ਥੋੜ੍ਹਾ ਇਹਦੇ ਬਾਰੇ ਦੱਸੋਗੇ? ਦੇਖੋ, ਅਸੌਲਟ ਇਜ਼ ਅਸੌਲਟ, ਜਿਹੜਾ ਬੇਸਿਕ ਕਿਸਮ ਦਾ ਕੋਈ ਵੀ ਤੁਹਾਨੂੰ ਕੋਈ ਇੱਕ ਫਿਜ਼ੀਕਲ ਹਾਰਮ ਕਰਨ ਦੀ ਕੋਸ਼ਿਸ਼ ਕਰਦਾ, ਧੱਕਾ ਕਰਦਾ, ਕੰਟੈਕਟ ਬਣਿਆ ਜਾਂ ਨਹੀਂ ਵੀ ਬਣਿਆ, ਤੁਸੀਂ ਉਹਨੂੰ ਰਿਪੋਰਟ ਕਰੋ। ਫਿਰ ਪੁਲਿਸ ਨੇ ਆ ਕੇ ਇਨਵੈਸਟੀਗੇਟ ਕਰਨਾ ਕਿ ਕਿਸ ਕਿਸਮ ਦਾ ਹਮਲਾ ਹੋਇਆ ਸੀ, ਉਹਦੇ ਬੇਸ 'ਤੇ ਉਹ ਚਾਰਜਿਸ ਜਿਹੜੇ ਰਿਕਮੈਂਡ ਕਰਦੇ ਆ। ਸੋ ਆਲ ਜਸ ਗੋ ਓਵਰ ਸਮ ਆਫ ਦ ਅਸੌਲਟ ਜਿਹੜੇ ਚਾਰਜਿਸ ਹੈਗੇ ਆ। ਇੱਕ ਹੁੰਦਾ ਕਿ ਅਸੌਲਟ ਕੋਜ਼ਿੰਗ ਬੋਡੀਲੀ ਹਾਰਮ, ਜਿਹਦੇ ਕਿ ਤੁਹਾਡੀ ਇੰਜਰੀ ਹੋਈ ਹੋਵੇ, ਕੋਈ ਹੱਡੀ ਟੁੱਟ ਜੇ ਜਾਂ ਨੱਕ 'ਤੇ ਕੋਈ ਸੱਟ ਵੱਜ ਜੇ, ਸੱਟਾਂ ਜਿਹਨੂੰ ਕਹਿ ਦਿੰਦੇ ਆ ਕਿ ਨੋਨ ਲਾਈਫ ਥਰੈਟਨਿੰਗ ਹੁੰਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਅਸੌਲਟ ਕੋਜ਼ਿੰਗ ਬੋਡੀਲੀ ਹਾਰਮ। ਫਿਰ ਉਸ ਤੋਂ ਬਾਅਦ ਹੁੰਦਾ ਐਗਰਾਵੇਟਡ ਅਸੌਲਟ, ਜੇ ਸੀਰੀਅਸ ਕਿਸਮ ਦੀ ਇੰਜਰੀ ਹੋ ਜੇ, ਜੇ ਮੰਨ ਲਓ ਕੋਈ ਚਾਕੂ ਨਾਲ ਕਿਸੇ ਨੇ ਸਟੈਬਿੰਗ ਕਰਤੀ ਕਿਸੇ ਨੂੰ, ਉਹ ਇੱਕ ਲਾਈਫ ਲੌਂਗ ਇੰਜਰੀ ਹੋ ਜਾਂਦੀ ਆ। ਸੋ ਕੋਈ ਡਿਸਫਿਗਰਮੈਂਟ ਹੋ ਜੇ, ਉਹਨੂੰ ਅਸੀਂ ਐਗਰਾਵੇਟਡ ਅਸੌਲਟ ਦੇ ਤੌਰ 'ਤੇ ਲੈਂਦੇ ਹਾਂ, ਉਹ ਕਾਫੀ ਸੀਰੀਅਸ ਅਸੌਲਟ ਗਿਣਿਆ ਜਾਂਦਾ। ਫਿਰ ਹੁੰਦਾ ਅਸੌਲਟ ਵਿਦ ਅ ਵੈਪਨ, ਸੋ ਜੇ ਕੋਈ ਬੇਸਬਾਲ ਬੈਟ ਲਾ ਕੇ, ਹਾਕੀ ਲੈ ਕੇ, ਚਾਕੂ ਲੈ ਕੇ, ਕਿਸੇ ਵੀ ਕਿਸਮ ਦਾ ਹਥਿਆਰ ਯੂਜ਼ ਕਰਦਾ ਕੋਈ, ਈਵਨ ਜੇ ਡੰਡਾ ਵੀ ਚੱਕ ਕੇ ਤੁਹਾਡੇ ਕੋਈ ਮਾਰਦਾ, ਉਹਨੂੰ ਵੀ ਹਥਿਆਰ ਦੇ ਤੌਰ 'ਤੇ ਆਪਾਂ ਮੰਨਿਆ ਜਾ ਸਕਦਾ, ਸੋ ਉਹਨੂੰ ਕਹਿ ਦਿੰਦੇ ਆ ਕਿ ਅਸੌਲਟ ਵਿਦ ਅ ਵੈਪਨ। ਫਿਰ ਡੋਮੈਸਟਿਕ ਅਸੌਲਟ ਹੁੰਦੇ ਆ, ਉਹ ਵੀ ਅਸੌਲਟਸ ਦੇ ਅੰਦਰ ਹੀ ਆਉਂਦੇ ਆ, ਪਰ ਉਹਨੂੰ ਥੋੜ੍ਹਾ ਜਿਹਾ ਹੋਰ ਸੀਰੀਅਸਲੀ ਲਿਆ ਜਾਂਦਾ ਕਿ ਘਰਾਂ ਦੇ ਵਿੱਚ ਚਾਹੇ ਔਰਤ ਮਰਦ 'ਤੇ ਕਰਦੀ ਹੈ, ਚਾਹੇ ਬੰਦਾ ਫੀਮੇਲ 'ਤੇ ਕਰਦਾ, ਉਹਨੂੰ ਇੱਕ ਤਰ੍ਹਾਂ ਨਾਲ ਬਹੁਤ ਸੀਰੀਅਸਲੀ ਲੈਂਦੀ ਹੈ ਸਰਕਾਰ, ਕਿਉਂਕਿ ਇਹਨਾਂ ਕੇਸਿਸ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਜਾਨਾਂ ਗਵਾ ਚੁੱਕੇ ਹਾਂ ਯੂ ਨੋ ਡੋਮੈਸਟਿਕ ਕੇਸਿਸ ਦੇ ਵਿੱਚ। ਸੋ ਜ਼ੀਰੋ ਟੋਲਰੈਂਸ ਹੁੰਦੀ ਹੈ ਉਹਦੇ ਕੇਸ ਵਿੱਚ। ਇਨਵੈਸਟੀਗੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਜੈ ਖੋਸਾ ਜੀ, ਇਨਵੈਸਟੀਗੇਸ਼ਨ ਦੇ ਟਾਈਮ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ? ਬਹੁਤ ਸਾਰੇ ਕੇਸਿਸ ਦੇ ਵਿੱਚ ਪੁਲਿਸ ਦਾ ਇੱਕ ਹੀ ਰੋਲ ਹੁੰਦਾ ਕਿ ਵਿਟਨੈਸ ਦੇਖਣੇ, ਵਿਟਨੈਸ ਜਿਹੜੇ ਹੁੰਦੇ ਨੇ ਕਈ ਵਾਰੀ ਘਰਾਂ ਦੇ ਵਿੱਚ, ਜਿਵੇਂ ਤੁਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕੀਤੀ ਆ, ਹੁਣ ਉਸ ਕੇਸ ਦੇ ਵਿੱਚ ਵਿਟਨੈਸ ਕੋਈ ਘਰ ਦੇ ਵਿੱਚ ਤਾਂ ਨਹੀਂ ਹੈ, ਅਤੇ ਅਜਿਹੇ ਮਾਮਲਿਆਂ ਦੇ ਵਿੱਚ ਇੱਥੇ ਵਿਟਨੈਸ ਹੁੰਦਾ ਹੀ ਨਹੀਂ ਹੈ, ਉਹਦੀ ਇਨਵੈਸਟੀਗੇਸ਼ਨ ਪੁਲਿਸ ਲਈ ਔਖੀ ਨਹੀਂ ਹੋ ਜਾਂਦੀ? ਜੇ ਔਖੀ ਹੁੰਦੀ ਹੈ ਤਾਂ ਉਸ ਪੁਲਿਸ ਕੀ ਕਰ ਸਕਦੀ ਹੈ? ਦੇਖੋ, ਜਦੋਂ ਪੁਲਿਸ ਨੇ ਤੁਸੀਂ 911 ਕਾਲ ਕੀਤੀ ਕਿ ਮੇਰੇ 'ਤੇ ਅਸੌਲਟ ਹੋਇਆ, ਕਿਸੇ ਨੇ ਵੀ ਕੀਤੀ ਘਰ ਦੇ ਵਿੱਚ, ਚਲੋ ਮੰਨ ਲਓ ਆਪਾਂ ਸਿਨੈਰੀਓ ਲੈ ਕੇ ਚੱਲਦੇ ਹਾਂ, ਪੁਲਿਸ ਦਾ ਕੰਮ ਆ ਕਿ ਇੱਕ ਤਾਂ ਦੋਨਾਂ ਪਾਰਟੀ ਨੂੰ ਸੈਪਰੇਟ ਕਰਨਾ, ਸੋ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਸੇਫਟੀ ਪਹਿਲਾਂ ਹੁੰਦੀ ਹੈ ਕਿ ਉਹ ਕੰਟੀਨਿਊ ਨਾ ਹੋਵੇ ਅਸੌਲਟ, ਸੋ ਫਸਟ ਦੇ ਆਰ ਗੋਇੰਗ ਟੂ ਸੈਪਰੇਟ ਦ ਪਾਰਟੀਜ਼। ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਫਿਜ਼ੀਕਲ ਐਵੀਡੈਂਸ ਲੱਭੀਏ ਕੋਈ, ਚਾਹੇ ਉਹ ਇੰਜਰੀ ਹੋਵੇ ਵਿਕਟਮ ਦੇ ਉੱਪਰ, ਔਰ ਚਾਹੇ ਕੋਈ ਭੰਨ ਤੋੜ ਹੋਈ ਹੋਵੇ ਘਰ ਦੇ ਵਿੱਚ, ਉਹ ਸਾਰਾ ਇੱਕ ਟੋਟੈਲਿਟੀ ਦੇ ਤੌਰ 'ਤੇ ਐਵੀਡੈਂਸ ਗਿਣਿਆ ਜਾਂਦਾ। ਸੋ ਆਪਾਂ ਕਈ ਵਾਰੀ ਇਹ ਸੋਚਦੇ ਹਾਂ ਕਿ ਮੰਨ ਲਓ ਕਿ ਟੈਨੈਂਟ ਤੁਹਾਡਾ ਬੇਸਮੈਨ ਦੇ ਵਿੱਚ ਰਹਿੰਦਾ, ਉਹਨਾਂ ਨੂੰ ਚੀਖਾਂ ਸੁਣੀਆਂ, ਚਾਹੇ ਮੇਲ ਦੀਆਂ ਚਾਹੇ ਫੀਮੇਲ ਦੀਆਂ, ਸੋ ਕੋਈ ਹੈਲਪ ਮੰਗ ਰਿਹਾ ਪਰ ਉਹਨਾਂ ਨੇ ਅਸੌਲਟ ਦੇਖਿਆ ਨਹੀਂ। ਸੋ ਬਹੁਤੀ ਵਾਰੀ ਕੀ ਹੁੰਦਾ ਕਿ ਪੁਲਿਸ ਆਉਂਦੀ ਹੈ, ਲੋਕ ਰਿਪੋਰਟ ਨਹੀਂ ਕਰਦੇ, ਕਹਿੰਦੇ ਕਿ ਮੈਂ ਦੇਖਿਆ ਕੁਛ ਨਹੀਂ, ਪਰ ਦੇ ਨੀਡ ਟੂ ਅੰਡਰਸਟੈਂਡ, ਜਿਹੜੀ ਉਹਨਾਂ ਦੀ ਉਹ ਵਿਟਨੈਸ ਸਟੇਟਮੈਂਟ ਹੋਊਗੀ ਨਾ ਕਿ ਇੰਨੇ ਵਜੇ ਅਸੀਂ ਆਹ ਚੀਜ਼ ਸੁਣੀ ਸੀ,
ਉਹ ਕਈ ਵਾਰੀ ਵਿਕਟਮ ਦੀ ਜਿਹੜੀ ਗੱਲ ਹੁੰਦੀ ਉਹਨੂੰ ਕਰੋਬਰੇਟ ਕਰ ਦਿੰਦੀ ਆ ਕਿ ਹਾਂ ਇਹ ਅਸੌਲਟ ਹੋਇਆ ਸੀ, ਵਾਕਈ ਕੋਈ ਘਟਨਾ ਹੋਈ ਸੀ। ਕਿਉਂਕਿ ਕਈ ਕੇਸਿਸ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਲੋਕ ਝੂਠੇ ਕੇਸ ਵੀ ਪਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਪੁਲਿਸ ਦਾ ਕੰਮ ਇਹ ਹੈ ਕਿ ਨਿਰਪੱਖ ਹੋ ਕੇ ਉਸ ਚੀਜ਼ ਨੂੰ ਇਨਵੈਸਟੀਗੇਟ ਕਰਨਾ ਕਿ ਵਾਕਈ ਇਹ ਹੋਇਆ ਜਾਂ ਨਹੀਂ ਹੋਇਆ, ਔਰ ਜਿੰਨਾ ਜ਼ਿਆਦਾ ਐਵੀਡੈਂਸ ਹੋਊਗਾ ਉਹੀ ਚਾਰਜਿਸ ਨੂੰ ਸਪੋਰਟ ਹੋਊਗਾ ਫਿਰ। ਕਈ ਵਾਰੀ ਜਿਹੜੇ ਵਿਟਨੈਸ ਹੁੰਦੇ ਨੇ ਉਹ ਡਰਦੇ ਕਰਕੇ ਵੀ ਨਹੀਂ ਅੱਗੇ ਆਉਂਦੇ। ਕਈ ਲੋਕਾਂ ਨੂੰ ਲੱਗਦਾ ਵੀ ਸਾਡੇ ਘਰ ਦਾ ਮਾਮਲਾ ਨਹੀਂ ਹੈ, ਪਤਾ ਨਹੀਂ ਪੁਲਿਸ ਸਾਡੇ ਬੂਹੇ ਮੂਹਰੇ ਆਊਗੀ, ਸਾਨੂੰ ਅਜੀਬ ਲੱਗੂਗਾ। ਖਾਸ ਕਰਕੇ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਆ ਜਾਂਦੀ ਹੈ ਤਾਂ ਉਹ ਬਹੁਤ ਡਰਦੇ ਆ ਵੀ ਪੁਲਿਸ ਸਾਡੇ ਕੋਲ ਭਾਵੇਂ ਕਿਸੇ ਬਾਰੇ ਵੀ ਪੁੱਛਣ ਆ ਰਹੀ ਹੈ ਪਰ ਸਾਰਿਆਂ ਲੱਗਣਾ ਪਤਾ ਨਹੀਂ ਪੁਲਿਸ ਇਹਨਾਂ ਦੇ ਘਰੇ ਕਿਉਂ ਆ ਰਹੀ ਹੈ, ਰਾਈਟ? ਸੋ ਇੱਦਾਂ ਦੀਆਂ ਚੀਜ਼ਾਂ ਵੀ ਫੇਸ ਕਰਨੀਆਂ ਪੈਂਦੀਆਂ, ਅਜਿਹੇ ਵਿੱਚ ਕੀ ਕੀਤਾ ਜਾ ਸਕਦਾ? ਦੇਖੋ, ਸਟਿਗਮਾ ਕਾਫੀ ਚਿਰ ਤੋਂ ਚੱਲਿਆ ਆ ਰਿਹਾ ਆਪਣੀ ਕਮਿਊਨਿਟੀ ਦੇ ਵਿੱਚ। ਜਿਵੇਂ ਮੈਂ ਅੱਗੇ ਹੀ ਗੱਲ ਕਰਕੇ ਹਟਿਆ ਕਿ ਜਿਹੜਾ ਅਸੌਲਟ ਹੈਗਾ, ਡੋਮੈਸਟਿਕ ਅਬਿਊਜ਼ ਜਿਹੜਾ ਉਹ ਮੇਲਸ 'ਤੇ ਵੀ ਹੁੰਦਾ ਅਤੇ ਫੀਮੇਲਸ 'ਤੇ ਵੀ ਹੁੰਦਾ, ਪਰ ਸਟੈਟ ਜਿਹੜੇ ਹੁੰਦੇ ਆ ਨੰਬਰਸ ਝੂਠ ਨਹੀਂ ਮਾਰਦੇ। ਸੋ ਨੰਬਰਸ ਇਹ ਕਹਿੰਦੇ ਆ ਕਿ ਅਸੌਲਟਸ ਅਤੇ ਡੋਮੈਸਟਿਕ ਅਬਿਊਜ਼ ਜਿਹੜਾ ਫੀਮੇਲਸ ਨਾਲ ਜ਼ਿਆਦਾ ਹੁੰਦਾ। ਸੋ ਕਿੰਨੀਆਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਇਸ ਮਾਮਲੇ ਵਿੱਚ, ਜੇ ਹੁਣ ਵੀ ਆਪਾਂ ਨਾ ਜਾਗੇ ਤਾਂ ਕਦੋਂ ਜਾਗਾਂਗੇ? ਔਰ ਸਾਨੂੰ ਵੀ ਇੱਕ ਦੋਗਲੇਪਣ ਤੋਂ ਵੀ ਨਿਕਲਣਾ ਪੈਣਾ। ਜੇ ਸਾਡੀ ਧੀ ਹੈਗੀ ਆ, ਅਸੀਂ ਉਹਨੂੰ ਚਾਹਵਾਂਗੇ ਕਿ ਉਹ ਇਸ ਸਿਚੁਏਸ਼ਨ 'ਚੋਂ ਨਿਕਲੇ ਆਪਦੇ ਘਰ ਜਾ ਕੇ। ਸੋ ਐਨੀ ਟਾਈਮ ਯੂ ਵਿਟਨੈਸ ਸਮਥਿੰਗ, ਪਹਿਲਾਂ ਤਾਂ ਪੁਲਿਸ ਨੂੰ ਜ਼ਰੂਰ ਫੋਨ ਕਰੋ ਔਰ ਵਿਟਨੈਸ ਗਵਾਹੀ ਜ਼ਰੂਰ ਦਿਓ। ਤੁਹਾਡੀ ਗਵਾਹੀ ਦੇ ਸਿਰ 'ਤੇ ਜਿਹੜਾ ਮਾੜਾ ਬੰਦਾ ਮਾੜਾ ਆਂਸਰ ਆ ਉਹਨੂੰ ਜੇਲ੍ਹ ਦੀ ਦੇਖਣੀ ਪਊਗੀ, ਨੋ ਕੰਟੈਕਟ ਆਰਡਰ ਵੀ ਲੱਗਣਗੇ। ਪਰ ਜੇ ਅਸੀਂ ਹਮੇਸ਼ਾ ਇਹ ਕਿ ਸਾਡੇ ਘਰ ਦੀ ਅੱਗ ਨਹੀਂ ਹੈਗੀ ਇਹ, ਤਾਂ ਉਹ ਚੀਜ਼ ਕੰਟੀਨਿਊ ਹੁੰਦੀ ਰਹਿੰਦੀ ਆ। ਔਰ ਦੂਸਰੀ ਗੱਲ, ਈਵਨ ਘਰਾਂ ਦੇ ਵਿੱਚ ਵਿਟਨੈਸ ਤਾਂ ਇੱਕ ਦੂਰ ਦੀ ਗੱਲ ਹੈ ਕਿ ਜਿਹੜੇ ਕੰਪਲੇਨੈਂਟ ਵੀ ਕੰਪਲੇਨ ਨਹੀਂ ਕਰਨੀ ਚਾਹੁੰਦੇ ਪੁਲਿਸ ਨੂੰ, ਕਈ ਵਾਰੀ ਦੇ ਕੰਪਲੇਨ ਐਂਡ ਦੈਨ ਦੇ ਵਾਂਟ ਟੂ ਰੀਟਰੈਕਟ ਦੇ ਸਟੇਟਮੈਂਟਸ, ਕਿਉਂਕਿ ਉਹ ਲੇਡੀਜ਼ ਨੂੰ ਲੱਗਦਾ ਕਿ ਘਰ ਬਚਾਉਣਾ ਅਸੀਂ ਆਪਣਾ। ਪਰ ਇਹ ਗੱਲ ਮੰਨ ਕੇ ਚੱਲਣੀ ਪੈਣੀ ਕਿ ਜਦੋਂ ਇੱਕ ਬੰਦਾ ਤੁਹਾਡੇ ਦੇ ਹੱਥ ਚੱਕਦਾ, ਉਹਦਾ ਸਾਈਕਲ ਹੈ ਨਾ ਜਿਹੜਾ ਵਾਇਲੈਂਸ ਦਾ, ਉਹ ਵੱਧਦਾ ਹੀ ਰਹਿੰਦਾ, ਕਿਉਂਕਿ ਉਹ ਚੀਜ਼ ਨੂੰ ਨੋਰਮਲਾਈਜ਼ ਹੋ ਜਾਂਦਾ ਘਰ ਦੇ ਵਿੱਚ ਵੀ ਇਹ ਤਾਂ ਚਲੋ ਧੱਕਾ ਮੁੱਕੀ ਸੀ, ਇੱਕ ਘਸੋਨੀ ਮਾਰਿਆ ਫਿਰ ਕੀ ਹੋ ਗਿਆ। ਦੈਟ ਹੈਜ਼ ਟੂ ਚੇਂਜ, ਇਹ ਮੈਂਟੈਲਿਟੀ ਸਾਨੂੰ ਚੇਂਜ ਕਰਨੀ ਪੈਣੀ ਹੈ ਔਰ ਇੰਪਾਵਰ ਕਰਨਾ ਪੈਣਾ ਵਿਕਟਿਮਸ ਨੂੰ, ਫੀਮੇਲਸ ਨੂੰ, ਕਿ ਹੈਲਪ ਇਜ਼ ਆਊਟ ਦੇਅਰ ਫੋਰ ਯੂ, ਯੂ ਹੈਵ ਟੂ ਸੀਕ ਹੈਲਪ। ਔਰ ਐਜ਼ ਅ ਕਮਿਊਨਿਟੀ, ਐਜ਼ ਅ ਵਿਟਨੈਸ, ਐਜ਼ ਅ ਟੈਨੈਂਟ, ਜਾਂ ਘਰ ਦੇ ਵਿੱਚ ਤੁਸੀਂ ਰਹਿ ਰਹੇ ਹਾਂ ਜਾਂ ਕੰਮ 'ਤੇ ਵੀ ਤੁਹਾਨੂੰ ਕੋਈ ਸ਼ੇਅਰ ਕਰਦਾ ਕਿ ਤੁਹਾਡੇ ਨਾਲ ਇਹ ਹੋ ਰਿਹਾ, ਲੈਟਸ ਸਪੋਰਟ ਦੋਜ਼ ਵਿਕਟਿਮਸ, ਇਹ ਬਹੁਤ ਜ਼ਰੂਰੀ ਆ। ਜੈਕੋ ਸਰ ਜੀ, ਕਿਹੜੇ ਕੇਸਿਸ ਬਹੁਤ ਜ਼ਿਆਦਾ ਹਾਰਡ ਮੰਨੇ ਜਾਂਦੇ ਨੇ? ਕਿਉਂਕਿ ਕਈ ਕੇਸਾਂ ਦੇ ਵਿੱਚ ਕਹਿੰਦੇ ਇੱਥੋਂ ਤਾਂ ਲਾਅ ਜਿਹੜਾ ਉਹ ਬੜਾ ਫਲੈਕਸੀਬਲ ਹੈ, ਕਿਸੇ ਵੀ ਹਮਲਾ ਕਰਨ ਵਾਲੇ ਨੂੰ ਉਹਨੂੰ ਫੜਿਆ ਜਾਂਦਾ, ਉਸ ਤੋਂ ਬਾਅਦ ਉਦੋਂ ਛੇਤੀ ਛੱਡ ਵੀ ਦਿੱਤਾ ਜਾਂਦਾ। ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੇ ਅਨਸਰਾਂ ਦਾ ਘੁੰਮਣਾ ਸੇਫ ਨਹੀਂ ਮੰਨਿਆ ਜਾਂਦਾ। ਸਰ, ਅਜਿਹੇ ਦੇ ਵਿੱਚ ਪੁਲਿਸ ਦਾ ਰੋਲ ਕੀ ਹੁੰਦਾ? ਕਿ ਪੁਲਿਸ ਹਮੇਸ਼ਾ ਨਿਗਰਾਨੀ ਰੱਖਦੀ ਹੈ ਜਾਂ ਕੋਈ ਪਰਟੀਕੁਲਰ ਇੰਨਾ ਟਾਈਮ ਹੁੰਦਾ ਵੀ ਇੰਨੇ ਸਮੇਂ ਤੱਕ ਇਹਦੇ 'ਤੇ ਨਿਗਰਾਨੀ ਰੱਖਣੀ? ਥੋੜ੍ਹਾ ਪ੍ਰੋਸੈਸ ਸਮਝਾਓਗੇ? ਸੋ ਇਹਦੇ 'ਚ ਇੱਕ ਤਾਂ ਪੁਲਿਸ ਦਾ ਰੋਲ ਸਮਝਣ ਦੀ ਬਹੁਤ ਜ਼ਰੂਰੀ ਇੱਕ ਗੱਲ ਹੈਗੀ ਹੈ ਕਿ ਅਲਬਰਟਾ ਦੇ ਵਿੱਚ ਜੇ ਆਪਾਂ ਦੇਖੀਏ ਪੁਲਿਸ ਚਾਰਜ ਲਾਉਂਦੀ ਆ, ਬੀ ਸੀ ਦੇ ਵਿੱਚ ਪੁਲਿਸ ਚਾਰਜ ਨਹੀਂ ਲਾਉਂਦੀ, ਅਸੀਂ ਚਾਰਜਿਸ ਨੂੰ ਰੈਕਮੈਂਡ ਕਰਦੇ ਹਾਂ। ਸੋ ਇੱਥੋਂ ਦਾ ਲਾਅ ਹੈ, ਸੋ ਪੁਲਿਸ ਨੇ ਇਨਵੈਸਟੀਗੇਟ ਕਰਨਾ, ਐਵੀਡੈਂਸ ਇਕੱਠਾ ਕਰਨਾ, ਵਿਟਨੈਸ ਸਟੇਟਮੈਂਟਸ ਇਕੱਠੀਆਂ ਕਰਨੀਆਂ, ਉਹਦੇ ਆਧਾਰ 'ਤੇ ਇੱਕ ਉਹਨਾਂ ਨੇ ਜਿਹਨੂੰ ਕਹਿੰਦੇ ਰਿਪੋਰਟ ਟੂ ਕਰਾਊਨ ਕਾਉਂਸਲ, ਇੱਕ ਰਿਪੋਰਟ ਤਿਆਰ ਕਰਨੀ ਹੈ ਜਿਹੜੀ ਕਿ ਸਰਕਾਰੀ ਵਕੀਲ ਨੂੰ ਜਾਣੀ ਆ। ਔਰ ਸਰਕਾਰੀ ਵਕੀਲ ਨੇ ਇਹ ਤੈਅ ਕਰਨਾ ਕਿ ਇਸ 'ਤੇ ਚਾਰਜ ਬੇਸਡ ਔਨ ਦਾ ਐਵੀਡੈਂਸ ਕਲੈਕਟਡ ਉਹਨਾਂ ਨੇ ਚਾਰਜ ਪਰਸੂ ਕਰਨੇ ਆ ਜਾਂ ਨਹੀਂ ਕਰਨੇ। ਜੇ ਉਹ ਮੰਨ ਲਓ ਕਰਦੇ ਵੀ ਆ, ਸੋ ਨੋਰਮਲ ਪ੍ਰੋਸੈਸ ਕੀ ਹੁੰਦਾ ਕਿ ਅਸੌਲਟ ਹੋਇਆ, ਚਲੋ ਸੜਕ 'ਤੇ ਹੋਇਆ ਜਾਂ ਕਿਤੇ ਬਾਹਰ ਰੋਡ ਰੇਜ ਇੰਸੀਡੈਂਟ ਹੋ ਗਿਆ, ਪੁਲਿਸ ਨੇ ਰਿਸਪੋਂਡ ਕੀਤਾ ਜੇ ਅਸੌਲਟ ਬੜਾ ਸੀਰੀਅਸ ਕਿਸਮ ਦਾ ਨਹੀਂ ਹੈਗਾ, ਪੁਲਿਸ ਵਿਲ ਟੇਕ ਦਾ ਇਨਫੋਰਮੇਸ਼ਨ। ਉਹਨਾਂ ਨੇ ਉਹ ਬੰਦੇ ਨੂੰ ਕਹਿਣਾ ਕਿ ਤੈਨੂੰ ਪ੍ਰੋਮਿਸ ਟੂ ਅਪੀਅਰ ਇੱਕ ਪੇਪਰ ਹੁੰਦਾ ਕਿ ਇਸ ਤਰੀਕ ਨੂੰ ਤੂੰ ਕੋਰਟ ਆਉਣਾ ਆ, ਇਸ ਤਰੀਕ ਨੂੰ ਫਿੰਗਰਪ੍ਰਿੰਟਸ ਲਈ ਆਉਣਾ ਆ, ਚਾਰਜਿਸ ਰੈਕਮੈਂਡ ਹੋ ਜਾਣੇ ਆ, ਪਰ ਉਹਨੂੰ ਜੇਲ੍ਹ ਰਾਈਟ ਵੇ ਕਈ ਵਾਰੀ ਨਹੀਂ ਲੈ ਕੇ ਜਾਇਆ ਜਾਂਦਾ। ਦੈਨ ਦੈਟ ਪਰਸਨ ਕਮਸ ਇਨ, ਉਹਦੇ ਫਿੰਗਰਪ੍ਰਿੰਟ ਹੁੰਦੇ ਆ, ਫੋਟੋ ਹੁੰਦੀ ਹੈ, ਰੈਕਰਡ ਬਣਦਾ ਆ, ਐਂਡ ਦੈਨ ਦ ਕਰਾਊਨ ਵਿਲ ਡਿਸਾਈਡ। ਦੂਸਰੇ ਕੇਸਿਸ ਹੁੰਦੇ ਕਿ ਡੋਮੈਸਟਿਕ ਕੇਸ ਦੀ ਐਗਜ਼ਾਮਪਲ ਲੈ ਲਓ ਕਿ ਘਰ ਦੇ ਵਿੱਚ ਪਰਿਵਾਰਕ ਝਗੜਾ ਹੋ ਗਿਆ, ਇੱਕ ਨੇ ਦੂਸਰੇ ਨੂੰ ਕੁੱਟਿਆ, ਉਸ ਕੇਸ ਦੇ ਵਿੱਚ ਪੁਲਿਸ ਵਿਲ ਬ੍ਰਿੰਗ ਯੂ ਟੂ ਜੇਲ, ਜਿਹੜੇ ਸੈਲਸ ਕਹਿ ਦਿੰਦੇ ਅਸੀਂ ਉਹਨਾਂ ਨੂੰ, ਔਰ ਉਹਦੇ ਵਿੱਚ ਤੁਹਾਡੀ ਪ੍ਰੋਸੈਸਿੰਗ ਹੁੰਦੀ ਹੈ, ਫਿੰਗਰਪ੍ਰਿੰਟਸ ਹੋ ਗਏ, ਫੋਟੋਜ਼ ਹੋ ਗਈ, ਫਿਰ ਤੁਹਾਨੂੰ ਬੇਲ ਹੀਅਰਿੰਗ ਲਈ ਉਸ ਰਾਤ ਨੂੰ ਰੱਖਿਆ ਜਾਂਦਾ ਉੱਥੇ।
ਉਹ ਸਵੇਰੇ ਜੱਜ ਦੇ ਮੂਹਰੇ ਜਾ ਕੇ ਫਿਰ ਬੇਲ ਹੀਅਰਿੰਗ ਹੁੰਦੀ ਆ, ਔਰ ਉਹਦੇ 'ਚ ਕਈ ਐਲੀਮੈਂਟ ਦੇਖੇ ਜਾਂਦੇ ਕਿ ਇਹ ਦੁਬਾਰਾ ਰੀਅਫੈਂਡ ਕਰਨ ਦੇ ਚਾਂਸਿਸ ਹੈਗੇ ਆ, ਜਾਂ ਇਹ ਬੰਦਾ ਭੱਜ ਤਾਂ ਨਹੀਂ ਜਾਊਗਾ ਜਾਂ ਪੇਸ਼ੀ 'ਤੇ ਨਾ ਆਊਗਾ, ਉਹਦੇ ਆਧਾਰ 'ਤੇ ਕੋਰਟ ਜਿਹੜਾ ਡਿਸਾਈਡ ਕਰਦੀ ਹੈ ਕਿ ਇਹਨੂੰ ਬੰਦੇ ਨੂੰ ਜ਼ਮਾਨਤ ਮਿਲਣੀ ਚਾਹੀਦੀ ਜਾਂ ਨਹੀਂ ਮਿਲਣੀ ਚਾਹੀਦੀ। ਸੋ ਉਹਦੇ 'ਚ ਪੁਲਿਸ ਦਾ ਰੋਲ ਨਹੀਂ ਹੁੰਦਾ, ਪੁਲਿਸ ਵਿਲ ਓਨਲੀ ਰੈਕਮੈਂਡ ਥਿੰਗਸ। ਸੋ ਕੋਰਟ ਨੇ ਫਿਰ ਉਹ ਡਿਸਾਈਡ ਕਰਕੇ ਉਹਨੂੰ ਬੇਲ 'ਤੇ ਛੱਡ ਦੇਣਾ, ਜਿਵੇਂ ਜ਼ਮਾਨਤ 'ਤੇ ਕਹਿ ਦਿੰਦੇ ਹਾਂ ਆਪਾਂ। ਉਹਦੀ ਕੋਈ ਮੋਨੀਟਰਿੰਗ ਵਗੈਰਾ ਨਹੀਂ ਹੁੰਦੀ, ਅਨਲੈਸ ਸੀਰੀਅਸ ਕੇਸਿਸ ਦੇ ਵਿੱਚ ਜਿੱਥੇ ਰਜਿਸਟਰੀ ਹੁੰਦੀ ਆ, ਇਟਸ ਡਿਫਰੈਂਟ ਸਟੋਰੀ, ਪਰ ਨੋਰਮਲ ਕੇਸਿਸ ਦੇ ਵਿੱਚ ਔਨ 24 ਆਵਰ ਮੋਨੀਟਰਿੰਗ ਨਹੀਂ ਹੁੰਦੀ। ਜੀ, ਲੋਅਰ ਮੇਨਲੈਂਡ ਅਤੇ ਸਰੀ ਦੇ ਵਿੱਚ ਜ਼ਿਆਦਾਤਰ ਅਸੋਲਟ 'ਤੇ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ? ਆਲ ਕਾਇੰਡਸ, ਟੂ ਬੀ ਆਨੈਸਟ। ਯੂ ਨੋ, ਕਈ ਵਾਰੀ ਹੁਣ ਜਿਵੇਂ ਆਪਾਂ ਦੇਖਿਆ ਕਿ ਰੋਡ ਰੇਜ ਇੰਸੀਡੈਂਟ ਹੋ ਗਏ ਜਾਂ ਲੋਕਾਂ ਦੀ ਆਪਸ ਝੜਪ ਹੋ ਗਈ ਕਿਤੇ, ਗੁੱਸਾ ਵਧਿਆ ਹੋਇਆ ਲੋਕਾਂ 'ਚ, ਪਰ ਡੋਮੈਸਟਿਕ ਕੇਸਿਸ ਕਾਫੀ, ਇਟਸ ਨੋਟ ਕਨਫਾਈਨ ਟੂ ਸਰੀ ਔਰ ਵੈਨਕੂਵਰ ਓਨਲੀ, ਇਟਸ ਆਲ ਓਵਰ ਦਾ ਪਲੇਸ। ਜੀ, ਜੈ ਖੋਸਾ ਜੀ, ਅਖੀਰ ਦੇ ਵਿੱਚ ਸਾਰਿਆਂ ਨੂੰ ਕੁਛ ਕਹਿਣਾ ਚਾਹੋਗੇ, ਖਾਸ ਕਰਕੇ ਉਹ ਵਿਟਨੈਸ ਜਿਹੜੇ ਕਦੀ ਕਦੀ ਡਰਦੇ ਵੀ ਸਾਹਮਣੇ ਨਹੀਂ ਆਉਂਦੇ ਜਾਂ ਕਈ ਸੋਚਦੇ ਸਾਡੇ ਕੋਲ ਇੰਨਾ ਸਮਾਂ ਨਹੀਂ ਆ ਵੀ ਅਸੀਂ ਪੁਲਿਸ ਦੇ ਮੂਹਰੇ ਜਾ ਕੇ ਯੂ ਨੋ ਆਪਣਾ ਕੋਈ ਵੀ ਬਿਆਨ ਦੇਈਏ? ਦੇਖੋ, ਇਹ ਮੁਲਕ 'ਚ ਆਪਾਂ ਆਏ ਹਾਂ, ਇਹ ਇੱਕ ਓਨਰ ਸਿਸਟਮ 'ਤੇ ਬਣਿਆ ਹੋਇਆ ਮੁਲਕ ਆ, ਔਰ ਇੱਥੇ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਸੀਰੀਅਸ ਕੇਸਿਸ ਦੇ ਵਿੱਚ ਵੀ 60-70 ਸਾਲ ਦੀਆਂ ਲੇਡੀਜ਼ ਨੇ ਗੈਂਗਸਟਰਸ ਦੇ ਅਗੇਂਸਟ ਖੜ ਕੇ ਗਵਾਹੀ ਦਿੱਤੀ ਹੋਈ ਆ। ਸੋ ਕੋਰਟ ਸਿਸਟਮ ਇੱਕ ਇਹੋ ਜਿਹਾ ਸਿਸਟਮ ਹੈ ਕਿ ਵਿਟਨੈਸ ਨੂੰ ਬਹੁਤ ਪ੍ਰੋਟੈਕਟ ਕਰਦੇ ਆ ਇਹ, ਦੇਰ ਇਜ਼ ਸਪੋਰਟ ਆਊਟ ਦੇਅਰ। ਔਰ ਬਹੁਤੀ ਵਾਰੀ ਹੁੰਦਾ ਕਿ ਵਿਟਨੈਸ ਇੰਟੀਮੀਡੇਸ਼ਨ ਹੁੰਦੀ ਨਹੀਂ, ਕਿਉਂਕਿ ਫਿਰ ਉਹ ਅਬਸਟ੍ਰਕਸ਼ਨ ਦਾ ਕਿ ਐਕਸਟਰਾ ਚਾਰਜ ਲੱਗਦਾ। ਸੋ ਤੁਸੀਂ ਜੇ ਕੋਈ ਚੀਜ਼ ਦੇਖੀ ਹੈ ਤਾਂ ਗਵਾਹੀ ਜ਼ਰੂਰ ਦਿਓ, ਔਰ ਰਿਪੋਰਟਿੰਗ ਜ਼ਰੂਰ ਕਰਿਆ ਕਰੋ। ਮੈਂ ਤਾਂ ਕਮਿਊਨਿਟੀ ਨੂੰ ਇਹ ਕਹਿੰਦਾ ਕਿ ਕਈ ਵਾਰੀ ਸੋਚਦੇ ਕਿ ਇਹ ਛੋਟੀ ਜਿਹੀ ਗੱਲ ਹੈ, ਇਹਦੀ ਕੀ ਰਿਪੋਰਟ ਕਰਨੀ, ਜਾਂ ਘਰ ਦੇ ਵਿੱਚ ਮੰਨ ਲਓ ਕਿ ਤੁਸੀਂ ਅਗੇਨ ਆਲ ਗੋ ਬੈਕ ਟੂ ਦ ਸੇਮ ਐਗਜ਼ਾਮਪਲ, ਵੀ ਜੇ ਬੇਸਮੈਂਟ 'ਚ ਆਪਾਂ ਰਹਿ ਰਹੇ ਹਾਂ, ਉੱਪਰ ਰਹਿ ਰਹੇ ਹਾਂ, ਥੱਲੇ ਕੋਈ ਝਗੜਾ ਹੋ ਰਿਹਾ, ਉਹ ਰੋਜ਼ ਦਾ ਕੰਮ ਹੋਵੇ, ਰੌਲਾ ਰੱਪਾ ਪੈ ਰਿਹਾ, ਝੜਪ ਹੋ ਰਹੀ ਆ, ਖੜਕਾ ਹੋ ਰਿਹਾ, ਆਈ ਥਿੰਕ ਯੂ ਸ਼ੁੱਡ ਰਿਪੋਰਟ ਇਟ, ਕਿਉਂਕਿ ਕਈ ਵਾਰੀ ਅਰਲੀ ਰਿਪੋਰਟ ਦੇ ਨਾਲ ਅਰਲੀ ਇੰਟਰਵੈਂਸ਼ਨ ਹੋ ਜਾਂਦੀ ਆ, ਅਤੇ ਜੇ ਅਰਲੀ ਹੈਲਪ ਨਾ ਹੋਊਗੀ, ਇੰਟਰਵੈਂਸ਼ਨ ਨਾ ਹੋਊਗੀ, ਕੱਲ੍ਹ ਨੂੰ ਉਹ ਕਤਲ ਵੀ ਹੋ ਸਕਦਾ। ਸੋ ਵੀ ਨੀਡ ਟੂ ਬੀ ਵੈਰੀ ਅਵੇਅਰ। ਦੂਸਰੀ ਗੱਲ ਹੈ ਕਿ ਕੋਈ ਵੀ ਇਨਫੋਰਮੇਸ਼ਨ ਛੋਟੀ ਨਹੀਂ ਹੁੰਦੀ। ਇਨ ਜਨਰਲ ਜੇ ਆਪਾਂ ਦੇਖਿਆ ਕਿ ਸਸਪੈਕਟ ਸੀਗਾ ਜਿਹਨੇ ਉਹਨੇ ਅਸੋਲਟ ਕੀਤਾ, ਉਹ ਰੈੱਡ ਕਾਰ 'ਤੇ ਮੰਨ ਲਓ ਵੀ ਜਾਂ ਬਲੂ ਕਾਰ 'ਤੇ ਕਿਸੇ ਵੀ ਕਿਸਮ ਦੀ ਕਾਰ ਚੱਲਿਆ ਗਿਆ, ਔਰ ਕਿਸੇ ਬੰਦੇ ਨੇ ਦੇਖਿਆ ਕਿ ਇਸ ਰੰਗ ਦੀ ਕਾਰ ਸੀਗੀ ਪਰ ਪਲੇਟ ਨਹੀਂ ਦੇਖੀ, ਬਹੁਤੇ ਲੋਕ ਇਸ ਕਰਕੇ ਨਹੀਂ ਪੁਲਿਸ ਨੂੰ ਫੋਨ ਕਰਦੇ ਕਿ ਸਾਨੂੰ ਸਾਡੇ ਕੋਲ ਤਾਂ ਇਨਫੋਰਮੇਸ਼ਨ ਹੈ ਨਹੀਂ ਵੀ ਅਸੀਂ ਕਿਹੜਾ ਪਲੇਟ ਦੇਖੀ ਆ। ਬਟ ਦੇ ਡੋਂਟ ਰੀਅਲਾਈਜ਼ ਪਲੇਟ ਕਿਸੇ ਦੇ ਹੋਰ ਦੇ ਕੈਮਰੇ 'ਚ ਵੀ ਆ ਸਕਦੀ ਆ, ਦੋ ਬਲੋਕ ਪਰੇ ਵੀ ਜਾ ਕੇ ਵੀ ਆ ਸਕਦੀ ਆ, ਟ੍ਰੈਫਿਕ ਲਾਈਟ ਕੈਮਰੇ ਲੱਗੇ ਉਹਨਾਂ 'ਚ ਵੀ ਆ ਸਕਦੀ ਆ। ਸੋ ਇਫ ਯੂ ਗਿਵ ਸਮ ਇਨਫੋਰਮੇਸ਼ਨ, ਚਾਹੇ ਉਹ ਜਿੰਨੀ ਵੀ ਛੋਟੀ ਆ, ਉਹ ਕਲੈਕਟਿਵਲੀ ਇੱਕ ਐਵੀਡੈਂਸ ਬਣਦਾ ਆ। ਸੋ ਰਿਪੋਰਟ ਜ਼ਰੂਰ ਕਰੋ, ਔਰ ਰਿਪੋਰਟ ਦੇ ਆਧਾਰ 'ਤੇ ਹੀ ਪੁਲਿਸ ਤੁਹਾਨੂੰ ਰਿਸੋਰਸ ਜਿਹੜੀ ਉਹ ਸਰਟਨ ਏਰੀਆਜ਼ ਦੇ ਵਿੱਚ ਜ਼ਿਆਦਾ ਦਿੰਦੀ ਆ। ਥੈਂਕ ਯੂ ਸੋ ਮਚ ਜੈਕੋ ਸਰ, ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਸੋ ਮਚ। ਸੋ ਜ਼ਰੂਰੀ ਹੈ ਕਿ ਜੇ ਤੁਸੀਂ ਕੋਈ ਵੀ ਵਾਰਦਾਤ ਹੁੰਦੇ ਦੇਖ ਰਹੇ ਹੋ, ਸਪੈਸ਼ਲੀ ਅਸੋਲਟ ਕੇਸਿਸ ਦੇ ਵਿੱਚ, ਤੁਹਾਡੇ ਕੋਲ ਛੋਟੀ ਮੋਟੀ ਵੀ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਪੁਲਿਸ ਨੂੰ ਦੇਣ ਤੋਂ ਕਤਰਾਓ ਨਾ, ਕਿਉਂਕਿ ਤੁਹਾਡੀ ਛੋਟੀ ਜਿਹੀ ਇਨਫੋਰਮੇਸ਼ਨ ਜਿਹੜੀ ਹੈ, ਕੋਈ ਵੀ ਤੁਹਾਡਾ ਦਿੱਤਾ ਬਿਆਨ ਜਿਹੜਾ, ਉਹ ਕਿਸੇ ਦੀ ਜਾਨ ਵੀ ਬਚਾ ਸਕਦਾ ਹੈ, ਅਤੇ ਹੋ ਸਕਦਾ ਜਿਹੜਾ ਅਸੋਲਟ ਕਰਕੇ ਭੱਜਿਆ ਉਹਨੂੰ ਫੜਵਾਉਣ ਦੇ ਵਿੱਚ ਵੀ ਮਦਦ ਕਰ ਸਕਦਾ, ਅਤੇ ਤੁਹਾਨੂੰ ਪੂਰੀ ਪ੍ਰੋਟੈਕਸ਼ਨ ਵੀ ਆ ਉਹ ਜ਼ਰੂਰ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ। ਕੈਮਰਾਮੈਨ ਅਰਸ਼ ਸਿੰਘ ਦੇ ਨਾਲ ਸ਼ੈਰੀ ਗੌਰਵਾ, ਸਰੀ। ਸਰੀ ਮਾਊਂਟੇਨਜ਼ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਹਾਈਵੇ 99 ਤੇ ਰੋਲ ਓਵਰ ਹਾਦਸੇ ਦੇ ਦੋ ਪੀੜਤ ਟੀਨੇਜਰ ਸਨ, ਔਰ ਸਰਜਨ ਜੇਮਸ ਮੈਸਨ ਦਾ ਕਹਿਣਾ ਹੈ ਕਿ ਡਰਾਈਵਰ ਰਿਚਮੰਡ ਦਾ ਇੱਕ 18 ਸਾਲ ਦਾ ਨੌਜਵਾਨ ਸੀ ਅਤੇ ਯਾਤਰੀ ਜਿਹੜੀ ਸੀ ਉਹ ਸਰੀ ਦੀ ਇੱਕ 15 ਸਾਲਾਂ ਦੀ ਕੁੜੀ ਸੀ। ਟੱਕਰ ਕਿਵੇਂ ਹੋਈ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ, ਪਰ ਰਫ਼ਤਾਰ ਇਸ ਦੇ ਵਿੱਚ ਮੁੱਖ ਕਾਰਨ ਹੈ। ਸੋਮਵਾਰ ਨੂੰ 16ਵੇਂ ਅਤੇ 32ਵੇਂ ਮਾਰਗਾਂ ਦੇ ਵਿਚਕਾਰ ਉੱਤਰੀ ਲੇਨਾਂ ਦੇ ਵਿੱਚ ਕ੍ਰੈਸ਼ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰੀਆਂ ਨੂੰ ਸਵੇਰੇ 3:40 'ਤੇ ਇਸ ਘਟਨਾ ਵਾਲੀ ਥਾਂ 'ਤੇ ਬੁਲਾਇਆ ਗਿਆ। ਜਦੋਂ ਪੁਲਿਸ ਅਤੇ ਸਰੀ ਫਾਇਰ ਸਰਵਿਸ ਦੇ ਮੌਕੇ 'ਤੇ ਪਹੁੰਚੇ ਤਾਂ ਗੱਡੀ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਡਰਾਈਵਰ ਅਤੇ ਇੱਕ ਯਾਤਰੀ ਗੱਡੀ ਦੇ ਅੰਦਰ ਮ੍ਰਿਤਕ ਪਾਏ ਗਏ ਸਨ। ਹਾਈਵੇ 99 ਜ਼ਿਆਦਾਤਰ ਦਿਨ ਸਮੇਂ ਉੱਤਰ ਵੱਲ ਆਵਾਜਾਈ ਲਈ ਬੰਦ ਰਿਹਾ, ਕਿਉਂਕਿ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ।
ਵੈਨਕੂਵਰ ਆਈਲੈਂਡ ਤੇ ਬੀਸੀ ਦੇ ਦੱਖਣੀ ਤੱਟ ਤੇ ਤੇਜ਼ ਰਫ਼ਤਾਰ ਹਵਾਵਾਂ ਚੱਲਣ ਦੇ ਕਾਰਨ ਮੰਗਲਵਾਰ ਰਾਤ 2,70,000 ਬੀਸੀ ਹਾਈਡਰੋ ਗਾਹਕ ਬਿਜਲੀ ਤੋਂ ਬਿਨਾਂ ਸਨ। ਬੌਮ ਸਾਈਕਲੋਨ ਕਾਰਨ ਵੱਡਾ ਤੂਫਾਨ ਆਇਆ। ਮਹੱਤਵਪੂਰਨ ਗਿਰਾਵਟ ਵਾਲਾ ਤੂਫਾਨ ਵੈਨਕੂਵਰ ਟਾਪੂ ਦੇ ਪੱਛਮੀ ਤੱਟ ਤੋਂ ਲਗਭਗ 400 ਕਿਲੋਮੀਟਰ ਦੂਰ ਦੁਪਹਿਰ ਤੱਕ ਪਹੁੰਚਿਆ। ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੀ ਭਵਿੱਖਬਾਣੀ ਮੁਤਾਬਕ ਹਵਾਵਾਂ ਤੇਜ਼ੀ ਨਾਲ ਚੱਲੀਆਂ। ਨਨਾਇਮੋ ਖੇਤਰ, ਪਾਕਸਵੇਲੇ ਤੇ ਕੋਕੇਟਲਮ ਬੀਚ ਦੇ ਉੱਤੇ ਬਾਕੀ ਜਿਹੜੇ ਨਾਰਦਰਨ ਮਿਊਨਸੀਪੈਲਿਟੀਜ਼ ਦੇ ਘਰ ਤੇ ਕਾਰੋਬਾਰ ਬਿਜਲੀ ਬੰਦ ਹੋਣ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਲੋਅਰ ਮੇਨਲੈਂਡ ਦੇ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਹਜ਼ਾਰਾਂ ਗਾਹਕ ਹਨੇਰੇ ਦੇ ਵਿੱਚ ਸਨ। ਬੁੱਧਵਾਰ ਦੇ ਸ਼ੁਰੂ ਦੇ ਵਿੱਚ ਬੀਸੀ ਹਾਈਡਰੋ ਨੇ ਸਾਂਝਾ ਕੀਤਾ ਕਿ ਇਹਨਾਂ ਨੇ ਤੂਫਾਨ ਤੋਂ ਪ੍ਰਭਾਵਿਤ ਆਪਣੇ ਗਾਹਕਾਂ ਦੇ ਲਈ ਬਿਜਲੀ ਬਹਾਲ ਕਰਨ ਦੇ ਵਿੱਚ ਤਰੱਕੀ ਕੀਤੀ ਹੈ। ਬੀਸੀ ਹਾਈਡਰੋ ਨੇ ਦੱਸਿਆ ਕਿ 95,000 ਗਾਹਕਾਂ ਵਿੱਚੋਂ ਬਹੁਤੇ ਅਜੇ ਵੀ ਬਿਜਲੀ ਤੋਂ ਬਗੈਰ ਨੇ, ਕਿਉਂਕਿ ਉਹ ਬੁੱਧਵਾਰ ਨੂੰ ਜਾਗਦੇ ਸਨ ਅਤੇ ਵੈਨਕੂਵਰ ਆਈਲੈਂਡ ਅਤੇ ਖਾੜੀ ਟਾਪੂਆਂ ਅਤੇ 5,000 ਲੋਅਰ ਮੇਨਲੈਂਡ ਅਤੇ ਸਨਸ਼ਾਈਨ ਕੋਸਟ ਦੇ ਆਲੇ ਦੁਆਲੇ ਸਨ। ਸਰਹੱਦ ਦੇ ਦੱਖਣ ਦੇ ਵਿੱਚ ਪੱਛਮੀ ਵਾਸ਼ਿੰਗਟਨ ਦੇ ਵਿੱਚ ਇੱਕ ਬਿੰਦੂ 'ਤੇ ਲਗਭਗ 94,000 ਗਾਹਕ ਬਿਜਲੀ ਤੋਂ ਬਿਨਾਂ ਸਨ, ਕਿਉਂਕਿ ਮੰਗਲਵਾਰ ਸ਼ਾਮ ਨੂੰ ਕੈਸਕੇਡ ਮਾਊਂਟੇਨ ਪਾਸੇ ਤੇਜ਼ ਹਵਾਵਾਂ ਚੱਲੀਆਂ ਅਤੇ ਬਰਫ਼ ਵੀ ਡਿੱਗੇ। ਪਾਵਰ ਆਊਟ ਏਜ ਡੋਟ ਅਸਤੇ ਅਨੁਸਾਰ ਓਰੇਗਨ ਦੇ ਵਿੱਚ 12,000 ਤੋਂ ਵੱਧ ਗਾਹਕਾਂ ਦੀ ਬਿਜਲੀ ਖਤਮ ਹੋ ਗਈ। ਡਾਊਨ ਪਾਵਰ ਲਾਈਨ ਇੱਕ ਐਮਰਜੈਂਸੀ ਹੈ ਜੋ ਤੁਸੀਂ 911 ਕਾਲ ਕਰੋ ਅਤੇ ਘੱਟੋ ਘੱਟ 10 ਮੀਟਰ ਦੇ ਪਿੱਛੇ ਕਰ ਸਕਦੇ ਹੋ। ਬੀਸੀ ਹਾਈਡਰੋ ਦੇ ਅਮਲੇ ਖੇਤਰ ਨੂੰ ਸੁਰੱਖਿਅਤ ਬਣਾਉਣ ਦੇ ਲਈ ਪਹਿਲੇ ਫਸਟ ਰਿਸਪੋਂਡਰ ਜਿਹੜੇ ਨੇ ਉਹਨਾਂ ਨਾਲ ਕੰਮ ਜ਼ਰੂਰ ਕਰਨਗੇ। ਉੱਧਰ ਦੱਖਣੀ ਓਨਟੈਰੀਓ ਦੇ ਵਿੱਚ ਮੌਸਮ ਦੀ ਕਹਾਣੀ ਵੀ ਬਿਆਨ ਹੋ ਰਹੀ ਹੈ ਕਿ ਮੌਸਮ ਬਦਲ ਰਿਹਾ ਹੈ। ਇਸ ਪੈਟਰਨ ਨੇ ਸਾਲ ਦੇ ਸਮੇਂ ਲਈ ਆਮ ਤੌਰ 'ਤੇ ਮੌਸਮੀ ਤਾਪਮਾਨਾਂ ਦੀ ਵਾਪਸੀ ਵੀ ਕੀਤੀ ਹੈ, ਜੋ ਕਿ ਨਵੰਬਰ ਦੇ ਸ਼ੁਰੂ ਦੇ ਵਿੱਚ ਰਹਿਣ ਵਾਲੇ ਬੇਮੌਸਮੀ ਗਰਮ ਮੌਸਮ ਤੋਂ ਇੱਕ ਧਿਆਨ ਦੇਣ ਯੋਗ ਤਬਦੀਲੀ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਮੌਸਮ ਪ੍ਰਣਾਲੀਆਂ ਦੇ ਆਉਣ ਦੀ ਜਲਦੀ ਹੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦੇ ਨਾਲ ਬੁੱਧਵਾਰ ਸ਼ਾਮ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਤੱਕ ਠੰਡੀ ਹਵਾ ਅਤੇ ਮੀਂਹ ਕਣੀ ਵਾਲਾ ਮੌਸਮ ਰਹੇਗਾ ਅਤੇ ਝੱਖੜ ਵੀ ਆਏਗਾ। ਜਿਹੜੇ ਲੋਕ ਅਜੇ ਸਰਦੀਆਂ ਨੂੰ ਗਲੇ ਲਗਾਉਣ ਦੇ ਲਈ ਤਿਆਰ ਨਹੀਂ ਹੈ, ਉਹਨਾਂ ਦੇ ਲਈ ਖਬਰ ਇਹ ਹੈ ਕਿ ਸਰਦੀਆਂ ਦੇ ਮੌਸਮ ਦੇ ਇਸ ਸ਼ੁਰੂਆਤੀ ਧਮਾਕੇ ਨਾਲ ਮਹੱਤਵਪੂਰਨ ਫ੍ਰੀਜ਼ਿੰਗ ਹੋਣ ਦੀ ਤਾਂ ਉਮੀਦ ਨਹੀਂ ਕੀਤੀ ਜਾਂਦੀ, ਪਰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦੱਖਣੀ ਓਨਟੈਰੀਓ ਦੇ ਵਿੱਚ ਬੁੱਧਵਾਰ ਦੇਰ ਰਾਤ ਨੂੰ ਸ਼ੁਰੂ ਹੋ ਸਕਦੀ ਹੈ। ਇਹ ਸੈਟਅਪ ਕਾਫ਼ੀ ਵੱਖਰਾ ਜਿਹੜਾ ਹੋਵੇਗਾ ਔਰ ਇਸਦੀ ਅਗਵਾਈ ਵੀ ਕਰੇਗਾ, ਔਰ ਭਾਰੀ ਮੀਂਹ ਵੀਕਐਂਡ ਦੀ ਸ਼ੁਰੂਆਤ ਤੱਕ ਜਾਰੀ ਰਹਿਣ ਦੀ ਉਮੀਦ ਹੈ। ਪੂਰਬੀ ਓਨਟੈਰੀਓ ਇਸ ਬਾਰਿਸ਼ ਦਾ ਪ੍ਰਭਾਵ ਝੱਲਣ ਦੇ ਲਈ ਤਿਆਰ ਹੈ। ਬੁੱਧਵਾਰ ਅਤੇ ਸ਼ਨੀਵਾਰ ਦੇ ਵਿਚਕਾਰ ਕੁੱਲ 25 ਤੋਂ 50 ਮਿਲੀਮੀਟਰ ਤੱਕ ਇਹ ਸੰਭਾਵਨਾ ਹੈ। ਮੀਂਹ ਦੇ ਬੁੱਧਵਾਰ ਦੁਪਹਿਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਭਾਰੀ ਬਾਰਿਸ਼ ਦੀ ਸ਼ੁਰੂਆਤੀ ਬੈਂਡ ਦੇ ਨਾਲ ਡੀਪ ਦੱਖਣ ਪੱਛਮੀ ਓਨਟੈਰੀਓ ਵਿੱਚ ਅਤੇ ਰਾਤ ਦੇ ਖਾਣੇ ਦੇ ਸਮੇਂ ਤੱਕ ਏਰੀ ਝੀਲ ਦੇ ਨੇੜੇ ਦੇ ਖੇਤਰਾਂ ਦੇ ਵਿੱਚ ਵੀ ਪਹੁੰਚਣ ਦੀ ਸੰਭਾਵਨਾ ਹੈ। ਜਿਵੇਂ ਹੀ ਬਾਰਿਸ਼ ਦੀ ਇਹ ਲਾਈਨ ਦੱਖਣ ਪੱਛਮ ਓਨਟੈਰੀਓ ਦੇ ਗੋਲਡਨ ਹਾਰਸ਼ੋ ਦੇ ਵਿੱਚ ਜਾਂਦੀ ਹੈ ਤਾਂ ਠੰਡੀ ਹਵਾ ਪੱਛਮ ਤੋਂ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਜਾਏਗੀ। ਹਾਲਾਂਕਿ ਤਾਪਮਾਨ ਕਿੰਨੀ ਤੇਜ਼ੀ ਨਾਲ ਘਟੇਗਾ ਅਤੇ ਵਰਖਾ ਕਿੰਨੀ ਤੇਜ਼ੀ ਨਾਲ ਵਧੇਗੀ ਇਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਸਾਹਮਣੇ ਆਈ ਹੈ, ਔਰ ਕੁਝ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਬੁੱਧਵਾਰ ਸ਼ਾਮ ਤੱਕ ਦੱਖਣ ਪੱਛਮੀ ਓਨਟੈਰੀਓ ਦੇ ਵਿੱਚ ਤਾਪਮਾਨ ਠੰਡਾ ਹੋਣ ਦੇ ਨਜ਼ਦੀਕ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਾਰਿਸ਼ ਸਾਰਨੀਆ, ਲੰਡਨ, ਗੋਲਫ, ਕਿਚਨਰ ਅਤੇ ਓਰੇਂਜਵੈਲ ਵਰਗੇ ਖੇਤਰਾਂ ਦੇ ਵਿੱਚ ਜਿਹੜੀ ਹੈ ਉਹ ਤਬਦੀਲ ਹੋ ਸਕਦੀ ਹੈ। ਤਾਪਮਾਨ ਠੰਡ ਤੋਂ ਜਿਹੜਾ ਉਹ ਬਿਲਕੁਲ ਉੱਪਰ ਰਹਿਣ ਦੀ ਸੰਭਾਵਨਾ ਕੀਤੀ ਜਾਂਦੀ ਹੈ, ਜੋ ਸੰਭਾਵਿਤ ਤੌਰ 'ਤੇ ਫ੍ਰੀਜ਼ਿੰਗ ਹੋਣ ਨੂੰ ਸੀਮਿਤ ਕਰੇਗਾ। ਪੂਰਬੀ ਓਨਟੈਰੀਓ ਦੇ ਕੁਝ ਹਿੱਸਿਆਂ ਦੇ ਵਿੱਚ, ਖਾਸ ਤੌਰ 'ਤੇ ਓਟਵਾ ਦੇ ਦੱਖਣ ਪੱਛਮ ਦੇ ਵਿੱਚ
ਤਾਪਮਾਨ ਉਚਾਈ ਤੇ ਹੋਵੇਗਾ ਜਿਸ ਨਾਲ ਮੀਂਹ ਵੀ ਪਵੇਗਾ। ਓਟਵਾ ਦੇ ਨੇੜੇ ਨੇੜੇ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਪੂਰਬੀ ਓਨਟੈਰੀਓ ਤੇ ਕੇਂਦਰਿਤ ਸਭ ਤੋਂ ਭਾਰੀ ਬਾਰਿਸ਼ ਦੇ ਨਾਲ ਵੀਰਵਾਰ ਰਾਤ ਭਰ ਮੀਂਹ ਪੈਣ ਦੇ ਸ਼ੁੱਕਰਵਾਰ ਜਾਰੀ ਰਹਿਣ ਦੀ ਉਮੀਦ ਹੈ। ਬਾਰਿਸ਼ ਕਿੰਗਸਟਨ ਤੇ ਓਟਵਾ ਸਮੇਤ ਪੂਰਬੀ ਓਨਟੈਰੀਓ ਸ਼ਨੀਵਾਰ ਤੱਕ 25 ਤੋਂ 50 ਮਿਲੀਮੀਟਰ ਦੀ ਉਮੀਦ ਹੈ। ਬਾਕੀ ਦੇ ਦੱਖਣੀ ਓਨਟੈਰੀਓ ਦੇ ਵਿੱਚ 10 ਤੋਂ 25 ਮਿਲੀਮੀਟਰ ਦੀ ਸੰਭਾਵਨਾ ਦਿਖਾਈ ਦੇਵੇਗੀ। ਹਾਲਾਂਕਿ ਤੂਫਾਨ ਵੱਖ ਵੱਖ ਥਾਵਾਂ ਤੇ 30 ਤੋਂ 40 ਮਿਲੀਮੀਟਰ ਦੇ ਨੇੜੇ ਪ੍ਰਾਪਤ ਕਰ ਸਕਦੀਆਂ ਨੇ। ਪੂਰਬੀ ਓਨਟੈਰੀਓ ਵਿੱਚ ਜਿਹੜਾ ਉੱਥੇ ਬੈਂਕਕ੍ਰਾਫਟ ਨੇੜੇ ਲਗਾਤਾਰ ਬਰਫ਼ਬਾਰੀ ਹੋ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਸਵੇਰ ਤੱਕ 2.5 ਸੈਂਟੀਮੀਟਰ ਤੱਕ ਇਹ ਵਰਖਾ ਹੋ ਸਕਦੀ ਹੈ। ਹਾਲਾਂਕਿ ਠੰਡ ਦੇ ਇੰਨੇ ਨੇੜੇ ਤਾਪਮਾਨ ਦੇ ਨਾਲ ਇਹ ਅਨਿਸ਼ਚਿਤ ਹੈ ਕਿ ਕਿੰਨੀ ਬਰਫ਼ ਬਣੀ ਰਹੇਗੀ। ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਦੀ ਇੱਕ ਨਵੀਂ ਜਨਤਕ ਖੋਜ ਦੇ ਵਿੱਚ ਤੇਜ਼ ਰਫ਼ਤਾਰ ਡਰਾਈਵਰਾਂ ਦੇ ਬਾਰੇ ਕੁਝ ਦਿਲਚਸਪ ਅੰਕੜੇ ਪ੍ਰਗਟ ਕੀਤੇ ਗਏ ਨੇ। ਤਕਰੀਬਨ 70% ਕੈਨੇਡੀਅਨ ਪਿਛਲੇ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਤਾਂ ਜ਼ਰੂਰ ਰਿਹਾਇਸ਼ੀ ਖੇਤਰ ਦੇ ਵਿੱਚ ਤੇਜ਼ ਰਫ਼ਤਾਰ ਨੂੰ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਤੇਜ਼ ਰਫ਼ਤਾਰੀ ਕੀਤੀ ਹੈ। ਪੋਲ ਦੇ ਮੁਤਾਬਕ ਅੱਧੇ ਉੱਤਰਦਾਤਾ ਕਹਿੰਦੇ ਨੇ ਕਿ ਕੁਝ ਹਾਈਵੇ 'ਤੇ ਨਿਯਮਤ ਤੌਰ 'ਤੇ ਸਪੀਡ ਕਰਦੇ ਨੇ ਅਤੇ 5 ਦੇ ਵਿੱਚੋਂ ਇੱਕ ਡਰਾਈਵਰ ਦਾ ਕਹਿਣਾ ਹੈ ਕਿ ਉਹ ਨਿਯਮਤ ਤੌਰ ਦੇ ਉੱਤੇ ਸਪੀਡ ਸੀਮਾ ਤੋਂ ਵੱਧ ਨੇ। ਅਜਿਹਾ ਲੱਗਦਾ ਹੈ ਕਿ ਉਮਰ ਜਿਹੜੀ ਹੈ ਉਹ ਤੇਜ਼ੀ ਲਈ ਰੋਕ ਨਹੀਂ ਹੈ, ਕਿਉਂਕਿ CAA ਦੇ ਪੋਲ ਨੇ ਖੁਲਾਸਾ ਕੀਤਾ ਹੈ ਕਿ ਤੇਜ਼ ਰਫ਼ਤਾਰ ਨੌਜਵਾਨਾਂ ਤੱਕ ਸਿਰਫ਼ ਸੀਮਿਤ ਨਹੀਂ ਹੈ, ਜਦੋਂ ਕਿ 50 ਤੋਂ ਵੱਧ ਡਰਾਈਵਰਾਂ ਨੇ ਇਸ ਨੂੰ ਘੱਟ ਕਰਨ ਦੀ ਸਵੈ ਰਿਪੋਰਟ ਕੀਤੀ ਹੈ। ਸਾਰੇ ਉਮਰ ਸਮੂਹਾਂ ਨੇ ਆਪਣੇ ਖੇਤਰਾਂ ਦੇ ਵਿੱਚ ਸਪੀਡ ਸੀਮਾ ਨੂੰ ਲਗਾਤਾਰ ਪਾਰ ਕਰਨਾ ਸਵੀਕਾਰ ਕੀਤਾ ਹੈ। ਜਨਤਕ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਨੇ ਕਿਹਾ ਹੈ ਕਿ ਵੱਧ ਸਪੀਡ ਡਰਾਈਵਰਾਂ ਦੇ ਪ੍ਰਤੀਕਰਮ ਦੇ ਸਮੇਂ ਨੂੰ ਘਟਾਉਂਦੀਆਂ ਨੇ ਅਤੇ ਆਪਣੇ ਆਪ ਅਤੇ ਬਾਕੀ ਸਾਰਿਆਂ ਦੇ ਲਈ ਜੋਖਮ ਨੂੰ ਵੀ ਵਧਾਉਂਦੀਆਂ ਨੇ। ਰਫ਼ਤਾਰ ਤੁਹਾਡੀ ਰੋਕਣ ਦੀ ਦੂਰੀ ਨੂੰ ਵਧਾਉਂਦੀ ਹੈ ਅਤੇ ਟਕਰਾਉਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ, ਪਰ ਇਹ ਤੁਹਾਡਾ ਥੋੜ੍ਹਾ ਸਮਾਂ ਵੀ ਬਚਾਉਂਦੀ ਹੈ। CAA ਦੇ ਪਬਲਿਕ ਓਪੀਨੀਅਨ ਪੋਲ ਦੇ ਅਨੁਸਾਰ ਸਿਰਫ 35% ਕੈਨੇਡੀਅਨ ਸੋਚਦੇ ਨੇ ਕਿ ਉਹ ਤੇਜ਼ੀ ਨਾਲ ਫੜੇ ਜਾਣਗੇ, ਜਦੋਂ ਕਿ 10 ਵਿੱਚੋਂ 4 ਨੇ ਲਾਲ ਬੱਤੀ ਚਲਾਉਣ ਦੇ ਲਈ ਮੰਨਿਆ। ਇਸ ਤੋਂ ਇਲਾਵਾ CAA ਨੇ ਪਾਇਆ ਕਿ 68% ਜਿਹੜੇ ਲੋਕ ਗੱਡੀ ਚਲਾਉਂਦੇ ਨੇ ਜਦੋਂ ਉਹ ਬਹੁਤ ਥੱਕ ਜਾਂਦੇ ਸਨ ਅਤੇ 54% ਨੇ ਪਿਛਲੇ ਸਾਲ ਡਰਾਈਵਿੰਗ ਫੋਨ ਦੀ ਵਰਤੋਂ ਕਰਨ ਦੀ ਗੱਲ ਕਬੂਲੀ। ਹਾਲ ਹੀ ਦੇ ਸਾਲਾਂ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸਵੈ ਚਲਿਤ ਸਪੀਡ ਕੈਮਰੇ ਵਧੇਰੇ ਪ੍ਰਚਲਿਤ ਹੋ ਗਏ ਨੇ, ਅਕਸਰ ਸਪੀਡ ਸੀਮਾ ਤੋਂ ਵੱਧ ਕਰਨ ਦੇ ਲਈ ਡਰਾਈਵਰਾਂ ਨੂੰ ਵੀ ਫੜਦੇ ਨੇ। 2023 ਦੇ ਵਿੱਚ ਟੋਰਾਂਟੋ ਦੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਕੈਮਰਿਆਂ ਦੀ ਗਿਣਤੀ 75 ਤੋਂ ਵਧਾ ਕੇ 150 ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਸਿਟੀ ਦੇ ਅਨੁਸਾਰ ਸਪੀਡ ਕੈਮਰਿਆਂ ਨੇ ਤੇਜ਼ ਰਫ਼ਤਾਰ ਵਾਲੇ ਲੋਕਾਂ ਦੀ ਗਿਣਤੀ ਅਤੇ ਵਾਹਨਾਂ ਦੀ ਸਮੁੱਚੀ ਰਫ਼ਤਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਦਿੱਤਾ ਹੈ, ਜਿਸ ਦੇ ਨਾਲ ਨਿਯਮਾਂ ਦੀ ਪਾਲਣਾ ਕਰਨਾ ਵੱਧ ਗਿਆ ਅਤੇ ਡਰਾਈਵਰ ਦੇ ਵਿਵਹਾਰ ਦੇ ਵਿੱਚ ਵੀ ਸੁਧਾਰ ਹੋਇਆ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।